ਕਿਸੇ ਵੀ ਡਿਵੈਲਪਮੈਂਟ ਚ ਜਿੰਨਾ ਮਰਜ਼ੀ ਸਰਕਾਰ ਦਾ ਜਾਂ ਸਾਡਾ ਨੁਕਸਾਨ ਹੋਵੇ ਤੂੰ ਨੀ ਇੰਟਰਫੇਅਰ ਕਰਨਾ, ਨਾ ਹੀ ਕੋਈ ਸੜਕ ਬਣੇਗੀ। ਸਰ ਹਾਈਕੋਰਟ ਦਾ ਕੇਸ ਹੈ ਜੀ ਇਹਦੇ ਵਿੱਚ, ਹਾਈਕੋਰਟ ਨੂੰ ਕਹਿ ਦੇ ਵੀ ਮੰਤਰੀ ਨੀ ਬਣਨ ਦਿੰਦਾ, ਹਾਈਕੋਰਟ ਦਾ ਕੇਸ ਮੈਨੂੰ ਪੜਾਉਣਾ, ਤੂੰ ਮੈਨੂੰ ਪੜਾ ਨਾ, ਤੂੰ ਨੀ ਕਰੇਗਾ ਮੇਰੇ। ਸਰ ਮੈਂ ਪੜਾ ਨੀ ਰਿਹਾ, ਮੇਰੀ ਗੱਲ ਇੱਥੋਂ ਹਟਾ ਲੈ ਆਪਣੇ ਬੰਦੇ ਔਰ ਤੂੰ ਵੀ ਚਲੇ ਜਾ, ਤੈਨੂੰ ਹਾਈਕੋਰਟ ਤੋਂ ਡਰ ਲੱਗਦਾ ਛੁੱਟੀ ਲੈ ਜਾ। ਨਹੀਂ ਮੈਨੂੰ ਹਾਈਕੋਰਟ ਤੋਂ ਨਹੀਂ ਹੋਏਗਾ ਸਰ, ਮੈਨੂੰ ਹਾਈਕੋਰਟ ਤੋਂ ਡਰ ਮੈਨੂੰ ਕੀ ਜੀ, ਮੈਨੂੰ ਜੋ ਆਰਡਰ ਹੈ ਚਲੇ ਜਾ ਯਾਰ, ਤੈਨੂੰ ਸਮਝ ਨਹੀਂ ਆਉਂਦੀ, ਮੰਤਰੀ ਬੋਲਦਾ ਪਿਆ ਤੇਰੇ ਨਾਲ, ਅੱਗੋਂ ਪੜਾਈ ਜਾਂਦਾ ਮੈਨੂੰ, ਤਮੀਜ਼ ਚ ਰਹਿ ਅੱਗੋਂ ਮੈਨੂੰ ਬਿਲਕੁਲ ਬਦਤਮੀਜ਼ੀ ਪਸੰਦ ਨਹੀਂ, ਜਾਂ ਮੈਨੂੰ ਕੋਈ ਕਾਨੂੰਨ ਪੜਾਵੇ। ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ DSP ਬਲਵਿੰਦਰ ਸਿੰਘ ਸੇਖੋ ਨੂੰ ਧਮਕਾਉਣ ਦੀ ਆਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਲੱਗਦਾ ਬਲਵਿੰਦਰ ਸਿੰਘ ਸੇਖੋ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਨੇ, ਕਿਉਂਕਿ ਇਹਨੇ ਦਿਨੀ ਬਲਵਿੰਦਰ ਸਿੰਘ ਸੇਖੋ ਦੀ ਇੱਕ ਪੋਸਟ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹਨਾਂ ਇਲਜ਼ਾਮ ਲਗਾਇਆ ਕਿ ਉਹਨਾਂ ਨੂੰ 5 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ, ਤੇ ਨਾਲ ਹੀ ਉਹਨਾਂ ਇਹ ਵੀ ਲਿਖਿਆ ਹੈ ਕਿ ਉਹਨਾਂ ਕੋਲੋਂ ਸਰਕਾਰੀ ਗੱਡੀ ਤੇ ਹਥਿਆਰ ਵੀ ਵਾਪਸ ਲੈ ਲਏ ਗਏ ਨੇ। ਤੁਹਾਨੂੰ ਦੱਸ ਦੇਈਏ ਕਿ ਸੇਖੋ ਦੀ ਇਸ ਹੱਡਬੀਤੀ ਨੂੰ ਵਾਇਰਲ ਹੋਈ ਆਡੀਓ ਕਲਿੱਪ ਨਾਲ ਜੋੜ ਕੇ ਦੇਖਿਆ ਜਾ ਰਿਹਾ, ਆਖਿਰਕਾਰ ਵਾਇਰਲ ਹੋਈ ਆਡੀਓ ਕਲਿੱਪ ਹੈ ਕੀ ਸੀ, ਆਓ ਇਹ ਵੀ ਸੁਣਦੇ ਹਾਂ। ਕਿਸੇ ਵੀ ਡਿਵੈਲਪਮੈਂਟ ਚ ਜਿੰਨਾ ਮਰਜ਼ੀ ਸਰਕਾਰ ਦਾ ਜਾਂ ਸਾਡਾ ਨੁਕਸਾਨ ਹੋਵੇ ਤੂੰ ਨੀ ਇੰਟਰਫੇਅਰ ਕਰਨਾ, ਨਾ ਹੀ ਕੋਈ ਸੜਕ ਬਣੇਗੀ। ਸਰ ਹਾਈਕੋਰਟ ਦਾ ਕੇਸ ਹੈ ਜੀ ਇਹਦੇ ਵਿੱਚ, ਹਾਈਕੋਰਟ ਨੂੰ ਕਹਿ ਦੇ ਵੀ ਮੰਤਰੀ ਨੀ ਬਣਨ ਦਿੰਦਾ, ਹਾਈਕੋਰਟ ਦਾ ਕੇਸ ਮੈਨੂੰ ਪੜਾਉਣਾ, ਤੇਰੀਆਂ ਵਕਾਲਤਾਂ ਮੈਂ ਸਾਰੀਆਂ ਪੜੀਆਂ ਹੋਈਆਂ ਸਰ। ਸਰ ਹਾਈਕੋਰਟ ਦਾ ਕੇਸ ਹੈ, ਕਾਰਪੋਰੇਸ਼ਨ ਇਹਦੇ ਵਿੱਚ ਇੰਟਰਫੇਅਰ ਤੂੰ ਨਹੀਂ ਕਰੇਗਾ ਯਾਰ, ਤੂੰ ਨਹੀਂ ਕਰੇਗਾ। ਸਰ ਕਮਾਲ ਦੀ ਗੱਲ, ਮੈਂ ਕਿਸ ਤਰੀਕੇ ਨਾਲ ਉਹ ਕਰ ਸਕਦਾ ਜੀ ਉਹਨਾਂ ਨੂੰ, ਆਪਾਂ ਤੂੰ ਉੱਥੇ ਆ ਫਿਰ ਤੈਨੂੰ ਮੈਂ ਦੱਸਾਂ ਕਿਵੇਂ ਕਰੇਗਾ ਤੂੰ। ਗ੍ਰੀਨ ਬੈਲਟ ਆਪਾਂ ਉੱਥੇ ਅਲੋਟ ਕਰ ਦਿੱਤੀ ਹੈ ਜੀ ਉਹਨਾਂ ਨੂੰ, ਤੂੰ ਮੈਨੂੰ ਪੜਾ ਨਾ, ਉਹ ਸਭ ਨੂੰ ਕਰੇਗਾ ਮੇਰੇ। ਸਰ ਮੈਂ ਪੜਾ ਨੀ ਰਿਹਾ, ਮੇਰੀ ਗੱਲ ਇੱਥੋਂ ਹਟਾ ਲੈ ਆਪਣੇ ਬੰਦੇ ਔਰ ਤੂੰ ਵੀ ਚਲੇ ਜਾ, ਮੇਰੀ ਕੰਸਟੀਚੁਐਂਸੀ ਚ ਤੂੰ ਦਖਲ ਨਹੀਂ ਦੇਏਗਾ। ਸਰ ਕੰਸਟੀਚੁਐਂਸੀ ਚ ਮੈਂ ਦਾਖਲ ਨਹੀਂ ਦੇ ਰਿਹਾ ਜੀ, ਜੇ ਮੈਂ ਚੀਜ਼ ਕੋਈ ਗਲਤ ਕਰ ਰਿਹਾ ਹੋਵਾਂ ਫਿਰ ਛੁੱਟੀ ਲੈ ਜਾ ਬਾਈ, ਤੈਨੂੰ ਕੁਛ ਨਹੀਂ, ਤੈਨੂੰ ਹਾਈਕੋਰਟ ਤੋਂ ਡਰ ਲੱਗਦਾ ਛੁੱਟੀ ਲੈ ਜਾ। ਨਹੀਂ ਮੈਨੂੰ ਹਾਈਕੋਰਟ ਤੋਂ ਨਹੀਂ ਹੋਏਗਾ ਸਰ, ਮੈਨੂੰ ਹਾਈਕੋਰਟ ਤੋਂ ਡਰ ਮੈਨੂੰ ਕੀ ਜੀ, ਮੈਨੂੰ ਜੋ ਆਰਡਰ ਹੈ ਚਲੇ ਜਾ ਯਾਰ, ਤੈਨੂੰ ਸਮਝ ਨਹੀਂ ਆਉਂਦੀ, ਮੰਤਰੀ ਬੋਲਦਾ ਪਿਆ ਤੇਰੇ ਨਾਲ, ਅੱਗੋਂ ਪੜਾਈ ਜਾਂਦਾ ਮੈਨੂੰ। ਕਮਾਲ ਦੀ ਗੱਲ ਹੈ ਸਰ ਤੁਹਾਡੇ ਕੀ, ਮੈਂ ਉਹ ਚੀਜ਼ ਕਰ ਰਿਹਾ ਹੋਵਾਂ ਜਿਹੜੀ ਚੀਜ਼ ਕੋਈ ਆਰਡਰ ਨਾ ਹੋਵੇ, ਫਿਰ ਤਾਂ ਤੁਸੀਂ ਮੈਨੂੰ ਇਸ ਚੀਜ਼ ਵਾਸਤੇ ਮੈਨੂੰ ਕਹੋ ਜਾਂ ਨਾਰਾਜ਼ ਹੋਵੋ। ਤਮੀਜ਼ ਚ ਰਹਿ ਅੱਗੋਂ ਮੈਨੂੰ ਬਿਲਕੁਲ ਬਦਤਮੀਜ਼ੀ ਪਸੰਦ ਨਹੀਂ, ਜਾਂ ਮੈਨੂੰ ਕੋਈ ਕਾਨੂੰਨ ਪੜਾਵੇ, ਤੇਰਾ ਕਾਨੂੰਨ ਤਾਂ ਮੈਂ ਵੈਸੇ ਨਹੀਂ ਪੜਨਾ। ਸਰ ਮੈਂ ਇੱਦਾਂ ਦੀ ਕੋਈ ਚੀਜ਼ ਨਹੀਂ ਕਰ ਰਿਹਾ ਜੀ, ਜਿਹੜੀ ਚੀਜ਼ ਆਰਡਰ ਦੇ ਮੁਤਾਬਕ ਹੈ ਜੀ ਉਹਦੇ ਮੁਤਾਬਕ ਕਰ ਰਹੇ ਹਾਂ ਜੀ, ਕੋਈ ਗਲਤ ਨਹੀਂ ਕਰ ਰਹੇ। ਕਹਿਣਾ ਸਿੱਖ ਤੇ ਇੱਥੋਂ ਹਟ ਜਾ, ਇਹ ਤਾਂ ਪੋਸੀਬਲ ਫਿਰ ਆ ਜਾ ਉੱਥੇ, ਮੈਂ ਵੀ ਆਇਆ, ਪੋਸੀਬਲ ਨਹੀਂ, ਚਲੋ ਕੋਈ ਗੱਲ ਨਹੀਂ ਸਰ, ਠੀਕ ਹੈ। ਹਾਂ ਅਸਲ ਚ ਮਾਮਲਾ ਲੁਧਿਆਣਾ ਤੇ ਸੂਆ ਰੋਡ ਤੇ ਇੱਕ ਬਿਲਡਰ ਵੱਲੋਂ ਗ੍ਰੈਂਡ ਪ੍ਰੋਜੈਕਟ ਮੈਨਰਸ ਹੋਮ ਤਿਆਰ ਕਰਨ ਦਾ। ਦੱਸਦੇ ਕਿ ਆਰਕੇ ਬਿਲਡਰਸ ਨੇ ਜਨਵਰੀ 2018 ਵਿੱਚ ਇਸ ਪ੍ਰੋਜੈਕਟ ਲਈ CLU ਕਰਵਾਇਆ ਸੀ, ਤੇ ਨਗਰ ਨਿਗਮ ਦੇ ਆਪਸੀ ਮਿਲੀ ਭੁਗਤ ਕਾਰਨ ਆਰਕੇ ਬਿਲਡਰਸ ਤੋਂ CLU ਦੀ ਫੀਸ ਕੱਟ ਲਈ ਗਈ ਸੀ। ਫਿਰ ਜਦੋਂ ਇਹ ਫਾਈਲ ਉਦੋਂ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਕੋਲ ਪਹੁੰਚੀ ਤਾਂ ਉਹਨਾਂ ਨੇ ਇਸ ਘਪਲੇ ਨੂੰ ਦੇਖਦਿਆਂ ਫਾਈਲ ਤੇ ਰੋਕ ਲਗਾ ਦਿੱਤੀ ਸੀ। ਦੱਸ ਦੇ ਕਿ ਫਾਈਲ CLU ਦੇ ਨਾਂ ਤੇ 42 ਲੱਖ ਰੁਪਏ ਤੋਂ ਵੀ ਵੱਧ ਚੂਨਾ ਲਗਾਉਣ ਦਾ ਖੁਲਾਸਾ ਕੀਤਾ ਗਿਆ ਸੀ, ਅਤੇ ਇਹ ਖੁਲਾਸਾ ਸੇਖੋ ਨੇ ਖੁਦ ਵੱਡੇ ਪੱਧਰ ਤੇ ਕੀਤਾ ਸੀ, ਜਿਸ ਤੋਂ ਬਾਅਦ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਇਹ ਵਿਵਾਦ ਸ਼ੁਰੂ ਹੋਇਆ ਤੇ ਬਾਅਦ ਵਿੱਚ DSP ਦੀ ਬਦਲੀ ਕਰ ਦਿੱਤੀ ਗਈ, ਅਤੇ ਹੁਣ ਸੇਖੋ ਦੀ ਵਾਇਰਲ ਹੋਈ ਇਸ ਪੋਸਟ ਨੂੰ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਜੋੜ ਕੇ ਦੇਖਿਆ ਜਾ ਰਿਹਾ। ਇੱਥੇ ਦੇਖਣ ਵਾਲੀ ਗੱਲ ਹੈ ਕਿ ਵਾਇਰਲ ਹੋ ਰਹੀ ਇਸ ਪੋਸਟ ਵਿੱਚ ਬਲਵਿੰਦਰ ਸਿੰਘ ਸੇਖੋ ਨੇ ਆਪਣੀ ਅਖੀਰਲੀ ਲਾਈਨ ਵਿੱਚ ਮਿਸਟਰ ਰਿਸਪੈਕਟਡ ਲਿਖ ਕੇ ਛੱਡ ਦਿੱਤਾ, ਤੇ ਹੁਣ ਬਲਵਿੰਦਰ ਸਿੰਘ ਸੇਖੋ ਹੀ ਦੱਸ ਸਕਦੇ ਨੇ ਕਿ ਮਿਸਟਰ ਰਿਸਪੈਕਟਡ ਆਖਿਰਕਾਰ ਹੈ ਕੌਣ। ਬਿਊਰੋ ਰਿਪੋਰਟ, ਚੈਨਲ ਪੰਜਾਬ। ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ।